ਸ਼ੁਕਰ ਹੈ ਮੇਰਾ ਤਾਂ ਸਾਰਾ ਹੋਮਵਰਕ ਹੋ ਗਿਆ ਤੇ ਮੇਰੀ ਪੇਪਰਾਂ ਦੀ ਸਾਰੀ ਤਿਆਰੀ ਵੀ ਹੋ ਗਈ ਹੈ ਸੱਚੀ ਹੋਰ ਕੀ ਕਿਉਂ ਤੇਰੀ ਨਹੀਂ ਹੋਈ ਹਾਂ ਵੀ ਤਣਾਵੀ ਫਿਰ ਪਹਿਲਾਂ ਪੜ ਲਿਆ ਕਰੋ ਮੇਰੀ ਤਾਂ ਫੁੱਲ ਤਿਆਰੀ ਹੈ ਮੇਰੀ ਵੀ ਬਸ ਥੋੜੀ ਨਰਵਸ ਹਾਂ ਕਬਰਾ ਠੋ ਰਹੀ ਹੈ ਪੇਪਰਾਂ ਦੀ ਲੈ ਮẹ ਤਾਂ ਤਿੰਨ ਤਿੰਨ ਵਾਰ ਸਾਰਾ ਸਿਲੇਬਸ ਕੰਪਲੀਟ ਕਰ ਲਿਆ ਸਭ ਤੁਸੀਂ ਨਹੀਂ ਕੀਤਾ ਕੀਤਾ ਤਾਂ ਹੈ ਬਸ ਫੇਰ ਕੀ ਡਰ ਲੱਗ ਰਿਹਾ ਹੈ ਕੁਝ ਗਲਤ ਹੋ ਗਿਆ ਤਾਂ ਮਮਾ ਮੇਰੀ ਇੱਕ ਫਰੈਂਡ ਹੈ ਉਹ ਕੈਂਦੀ ਸੀ ਉਹਦੇ ਮਮਾ ਇੱਕ ਬਾਬੇ ਕੋਲ ਗਏ ਸੀ ਮੱਥਾ ਟੇਕਨ ਤਾਂ ਜੋ ਉਹਦੇ ਸਾਰੇ ਪੇਪਰ ਅੱਛੇ ਹੋ ਜਾਣ ਫੇਰ ਮਮਾ ਆਪਾਂ ਵੀ ਚਲੀਏ ਉਹਦੇ ਨਾਲ ਕੀ ਹੋਏਗਾ ਮੱਥਾ ਟੇਕਨ ਤਾ ਜੋ ਮੇਰੇ ਵੀ ਸਾਰੇ ਪੇਪਰ ਅੱਛੇ ਹੋ ਜਾਣ ਪਰ ਤੂੰ ਆਪਣੀ ਤਿਆਰੀ ਕੀਤੀ ਹੈ ਨਾ ਫਿਰ ਸਾਨੂੰ ਕੀ ਲੋੜ ਹੈ ਕਿਸੇ ਬਾਬੇ ਕੋਲ ਜਾਣ ਦੀ ਮੰਮਾ ਚੱਲੂ ਨਾ ਤੇਰੀ ਤਿਆਰੀ ਹੋ ਗਈ ਬੇਟਾ ਹਾਂਜੀ ਮੰਮਾ ਮੇਰੀ ਤਾਂ ਸਾਰੀ ਤਿਆਰੀ ਹੈ ਸਹਿਜ ਵੀ ਹੋਮਵਰਕ ਕਰ ਲੈਂਦੀ ਹੈ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਕਲਾਸ ਵਿੱਚੋਂ ਫਰਸਟ ਆਉਂਦੀ ਹੈ ਇਹ ਮਮੀ ਕਹਿੰਦੀ ਰਹਿੰਦੀ ਐ ਹਾਂ ਮੈਨੂੰ ਪਤਾ ਐ ਇਹਦੀ ਆਦਤ ਐ ਐਵੇਂ ਹੀ ਡਰਦੀ ਐ ਡਰਨਾ ਨਹੀਂ ਨਾ ਚਾਹੀਦਾ ਸਾਨੂੰ ਚਲੋ ਮੈਂ ਤੁਹਾਨੂੰ ਇੱਕ ਕਿੱਸਾ ਦੱਸਦੀ ਆ ਇੱਕ ਮੈਜਿਕ ਡੱਬੀ ਬਾਰੇ ਨਾ ਇੱਕ ਕਹਾਣੀ ਸੁਣਾਉਂਦੀ ਆ ਠੀਕ ਐ ਮੰਮਾ ਜਾਦੂ ਦੇ ਡੱਬੇ ਹਾਂ ਆਈ ਐਮ ਆਲਵੇਸ ਐਕਸਾਈਟਿਡ ਟੂ ਲਿਸਨ ਅਬਾਊਟ ਮੈਜਿਕ ਸੁਣਾ ਸੁਣਾਓ ਠੀਕ ਐ ਦੋਨਾਂ ਨੂੰ ਸੁਣਾਨੀ ਐ ਠੀਕ ਐ ਆਪਾਂ ਮੈਜਿਕ ਵਾਲੀ ਸਟੋਰੀ ਸੁਣੀਏ ਹਾਂਜੀ ਮੰਮਾ ਚਲੋ ਠੀਕ ਐ ਤੇ ਮੈਂ ਦੋ ਬੱਚਿਆਂ ਦੀ ਕਹਾਣੀ ਸੁਣਾਉਂਗੀ ਠੀਕ ਹੈ ਉਹ ਸਕੂਲ ਜਾਂਦੇ ਸੀ ਉੱਥੇ ਕੀ ਹੋਇਆ ਕਿੱਦਾਂ ਹੋਇਆ ਉਹਦੇ ਬਾਰੇ ਦੱਸਦੀ ਹਾਂ ਇੱਕ ਲੜਕਾ ਸੀ ਉਹਦਾ ਨਾਂ ਸੀ ਜੁਗਾਦ ਠੀਕ ਹੈ ਤੇ ਇੱਕ ਉਹਦੀ ਫ੍ਰੈਂਡ ਸੀ ਉਹਦਾ ਨਾਂ ਸੀ ਕੋਮਲ ਇਹ ਦੋਨੋਂ ਇਕੱਠੇ ਪੜ੍ਹਦੇ ਸੀ ਇੱਕੋ ਸਕੂਲ 'ਚ ਤੇ ਜੁਗਾਦ ਜੋ ਹੈ ਉਹ ਬਹੁਤ ਜਲਦੀ ਘਬਰਾ ਜਾਂਦਾ ਸੀ ਕੋਈ ਵੀ ਗੱਲ ਹੋਣੀ ਉਹਨੇ ਘਬਰਾ ਜਾਣਾ ਤੇ ਇੱਕ ਵਾਰੀ ਉਹ ਬੈਠਾ ਸੀ ਉਦਾਸ ਤੇ ਕੋਮਲ ਨੇ ਉਹਨੂੰ ਜਾ ਕੇ ਪੁੱਛਿਆ ਕਿ ਕੀ ਗੱਲ ਹੋ ਗਈ ਤੂੰ ਬੜਾ ਉਦਾਸ ਜਿਹਾ ਬੈਠਾ ਹੈ ਕੋਈ ਪ੍ਰੋਬਲਮ ਹੈ ਤੈਨੂੰ ਉਹ ਕਹਿਣ ਲੱਗਾ ਕਿ ਐਗਜ਼ਾਮ ਸੋਣ ਵਾਲੇ ਨੇ ਐਸ ਕਰਕੇ ਮੈਨੂੰ ਐਗਜ਼ਾਮਸ ਦੀ ਬਹੁਤ ਟੈਨਸ਼ਨ ਹੋ ਰਹੀ ਹੈ ਤੇ ਕੋਮਲ ਹੱਸਣ ਲੱਗ ਪਈ ਕਹਿੰਦੀ ਲੱਗਦਾ ਹੈ ਤੈਨੂੰ ਐਗਜ਼ਾਮਿਨੇਸ਼ਨ ਫੋਬੀਆ ਹੈ ਤੇ ਜੁਗਤ ਕਹਿੰਦਾ ਕਿ ਉਹੀ ਸਮਝ ਲਓ ਪਰ ਮੈਂ ਐਗਜ਼ਾਮਸ ਤੋਂ ਨਾ ਬਹੁਤ ਡਰਦਾ ਤੇ ਕੋਮਲ ਕਹਿੰਦੀ ਕੰਨੀ ਡਰਨ ਵਾਲੀ ਕਿਹੜੀ ਗੱਲ ਹੈ ਇਹ ਮੰਥਲੀ ਐਗਜ਼ਾਮ ਸੀ ਤੇ ਨੇ ਤੇ ਤੂੰ ਤੇ ਸਾਰੀ ਤਿਆਰੀ ਕੀਤੀ ਹੋਈ ਹੈ ਫਿਰ ਤੈਨੂੰ ਕਿਉਂ ਡਰ ਲੱਗ ਰਿਹਾ ਹੈ ਨਾ ਤੋਂ ਤੇਰੇ ਤੇ ਮੈਕਸ ਵੀ ਅੱਛਾ ਆਂਦੇ ਨੇ ਐਗਜ਼ਾਮਸ ਵਿੱਚ ਤੇ ਜੁਗਾੜ ਕਹਿੰਦਾ ਪਰ ਫਿਰ ਵੀ ਮੈਨੂੰ ਨਹੀਂ ਪਤਾ ਮੈਨੂੰ ਬਹੁਤ ਘਬਰਾਟ ਹੁੰਦੀ ਹੈ ਜਦੋਂ ਇਹ ਲੋਕ ਆਪਸ ਵਿੱਚ ਗੱਲ ਕਰ ਰਹੇ ਸੀ ਉਦੋਂ ਹੋਰ ਦੋਸਤ ਆ ਜਾਂਦੇ ਨੇ ਨਾਲ ਤੇ ਉਹ ਲੋਕ ਨਾਲ ਜੁਗਾੜ ਦਾ ਮਜ਼ਾਕ ਉਡਾਉਣ ਲੱਗ ਪੈਂਦੇ ਨੇ ਉਹ ਕਹਿੰਦੇ ਨੇ ਐ ਦੀ ਤੇ ਆਦਤ ਈ ਹੈ ਡਰਨ ਦੀ ਐ ਤੇ ਹਰ ਛੋਟੀ ਛੋਟੀ ਗੱਲ ਪਿੱਛੇ ਡਰ ਪੈਂਦਾ ਹੈ ਅਗਰ ਆਪਾਂ ਸਕੂਲ ਲੇਟ ਆਈਏ ਤਾਂ ਗੇਟ ਤੇ ਘਬਰਾਣਾ ਸ਼ੁਰੂ ਕਰ ਦਿੰਦਾ ਕਿ ਹੁਣ ਪਤਾ ਨਹੀਂ ਕੀ ਹੋਏਗਾ ਅੰਦਰ ਜਾਾਂਗੇ ਡਾਂਟ ਪੈਗੀ ਪਨਿਸ਼ਮੈਂਟ ਮਿਲ ਜਾਏਗੀ ਫਿਰ ਕੋਈ ਵੀ ਗੱਲ ਹੋਏ ਤਾਂ ਛੋਟੀ ਜਿਹੀ ਗੱਲ ਤੇ ਡਰ ਪੈਂਦਾ ਤੇ ਬਾਕੀ ਸਾਰੇ ਦੋਸਤ ਵੀ ਨਾ ਮਜ਼ਾਕ ਉਡਾਣ ਲੱਗ ਪਏ ਜੁਗਾਤਾ ਮੰਮਾ ਜੁਗਾਤਾ ਫਿਰ ਸਹਿਜ ਵਰਗੇ ਹੀ ਆ ਮम्मा ਤੁਸੀਂ ਕਿਆ ਸੀ ਨਾ ਕਿਸ ਦਾ ਮਜ਼ਾਕ ਪਿੜਾਈ ਦਾ ਦੇਖ ਲਓ ਹਮੇਸ਼ਾ ਚਿੜਾਈਦਾ ਰਹਿੰਦਾ ਹੈ ਨਾ ਬੱਚੇ ਚਿੜਾਈਦਾ ਨਹੀਂ ਹੁਣ ਤੁਸੀਂ ਇੱਕ ਗੱਲ ਦੱਸੋ ਮੈਨੂੰ ਕਿ ਤੁਸੀਂ ਲੋਕ ਲੜਦੇ ਰਹੋਗੇ ਕਿ ਆਪਾਂ ਕਹਾਨੀ ਅੱਗੇ ਵਿਦਾਈਏ ਮम्मा ਨਹੀਂ ਲੜਦੇ ਨਹੀਂ ਲੜਦੇ ਤੁਸੀਂ ਕਹਾਣੀ ਸੁਣਾਓ ਅੱਛਾ ਠੀਕ ਫਿਰ ਆਪਾਂ ਅੱਗੇ ਵਧਦੇ ਆ ਠੀਕ ਹੈ ਤੇ ਜੁਗਾੜ ਬਹੁਤ ਟੈਨਸ਼ਨ ਐ ਸੀ ਕਿ ਹੁਣ ਕੀ ਹੋਏਗਾ ਮੇਰੇ ਐਗਜ਼ਾਮਸ ਨੇ ਬਹੁਤ ਘਬਰਾਇਆ ਹੋਇਆ ਸੀ ਤੇ ਜਦੋਂ ਉਹਦੇ ਦੋਸਤ ਉਹਦਾ ਮਜ਼ਾਕ ਉਡਾਨ ਲੱਗੇ ਤੇ ਕੋਮਲ ਨੇ ਉਹਨਾਂ ਨੂੰ ਕਿਹਾ ਕਿ ਇਹ ਤੇ ਗਲਤ ਗੱਲ ਐ ਤੁਹਾਡਾ ਦੋਸਤ ਐ ਅਗਰ ਉਹ ਕਿਸੇ ਚੀਜ਼ ਤੋਂ ਘਬਰਾਉਂਦਾ ਐ ਤੇ ਬਜਾਏ ਉਹਦੀ ਮਦਦ ਕਰਨ ਦੇ ਤੁਸੀਂ ਉਹਦਾ ਮਜ਼ਾਕ ਉਡਾ ਰਹੇ ਹੋ ਐਦਾਂ ਨਹੀਂ ਕਰਨਾ ਚਾਹੀਦਾ ਤੇ ਫਿਰ ਉਸ ਤੋਂ ਬਾਅਦ ਬੈਲ ਹੋ ਗਈ ਬੈਲ ਹੋ ਗਈ ਤੇ ਸਭ ਆਪਣੀ ਆਪਣੀ ਕਲਾਸਿਸ ਵਿੱਚ ਚਲੇ ਗਏ ਠੀਕ ਐ ਜਦੋਂ ਕਲਾਸ ਓਵਰ ਹੋਈ ਬ੍ਰੇਕ ਦਾ ਟਾਈਮ ਹੋਇਆ ਤੇ ਸਾਰੇ ਲੋਕ ਬਾਹਰ ਭੱਜ ਕੇ ਆਗੇ ਜਿੱਦਾਂ ਤੁਸੀਂ ਬ੍ਰੇਕ ਵਿੱਚ ਬਾਹਰ ਭੱਜਦੇ ਹੋ ਨਾ ਖੁਸ਼ ਜਾਂਦੇ ਹੋ ਕਿ ਹਾਂ ਹੁਣ ਆਪਾਂ ਮਿਲ ਕੇ ਰੋਟੀ ਖਾਂਗੇ ਉਦਾਂ ਹੀ ਸਾਰੇ ਬੱਚੇ ਬਾਹਰ ਭੱਜ ਕੇ ਆ ਗਏ ਪਰ ਜੁਗਾਦ ਇੱਕ ਕੋਨੇ ਚ ਜਾ ਕੇ ਬੈਠ ਗਿਆ। ਉਹ ਬੜਾ ਉਦਾਸ ਸੀ। ਕੋਮਲ ਆਈ ਵਾਰ ਉਹਨੇ ਦੇਖਿਆ ਕਿ ਜੁਗਾਦ ਚੁੱਪਚਾਪ ਬੈਠਿਆ। ਤੋ ਜੁਗਾਦ ਖੋਲ ਗਈ। ਉਹਨੇ ਪੁੱਛਿਆ ਕੀ ਗੱਲ ਹੋ ਗਈ? ਤੂੰ ਬੜਾ ਉਦਾਸ ਚਾ ਬੈਠਾ। ਤੋ ਜੁਗਾਦ ਕਹਿਣ ਲੱਗਾ ਕਿ ਮੈਨੂੰ ਐਗਜ਼ਾਮਸ ਦੀ ਬਹੁਤ ਟੈਨਸ਼ਨ ਹੋ ਰਹੀ ਹੈ। ਮੈਨੂੰ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ। ਜਦੋਂ ਐਗਜ਼ਾਮਸ ਦਾ ਪਤਾ ਚੱਲਦਾ ਫਿਰ ਮੈਨੂੰ ਭੁੱਖ ਪਿਆਸ ਕੁਝ ਨਹੀਂ ਲੱਗਦੀ। ਫਿਰ ਮੇਰਾ ਕੁਝ ਵੀ ਖਾਣ ਦਾ ਮਨ ਨਹੀਂ ਕਰਦਾ। ਨਾ ਮੈਨੂੰ ਨੀਂਦ ਆਉਂਦੀ ਹੈ, ਨਾ ਮੈਨੂੰ ਭੁੱਖ ਲੱਗਦੀ ਹੈ। ਤੇ ਕੋਮਲ ਨੇ ਉਹਨੂੰ ਬਹੁਤ ਸਮਝਾਇਆ ਕੋਮਲ ਨੇ ਕਿ ਐਦਾਂ ਨਹੀਂ ਕਰੀਦਾ ਇਸਦਾਂ ਘਬਰਾਏਂਗਾ ਤੇ ਤੂੰ ਫਿਰ ਕਿਦਾਂ ਪੜ੍ਹੇਂਗਾ ਮੰਮਾ ਉਹ ਫਿਰ ਸਾਰੀ ਰਾਤ ਭੁੱਖਾ ਰਿਆ ਹਾਂ ਬੇਟਾ ਉਹ ਐਗਜ਼ਾਮ ਸੱਚ ਬਹੁਤ ਟੈਨਸ਼ਨ ਚ ਆ ਜਾਂਦਾ ਸੀ ਉਦੋਂ ਕੁਝ ਵੀ ਨਹੀਂ ਖਾਂਦਾ ਸੀ ਉਹਦੀ ਮੰਮਾ ਵੀ ਕਹਿੰਦੀ ਸੀ ਖਾ ਲੈ ਪਰ ਉਹ ਕਹਿੰਦਾ ਸੀ ਨਹੀਂ ਮੈਨੂੰ ਬਹੁਤ ਟੈਨਸ਼ਨ ਹੈ ਮੈਨੂੰ ਬਹੁਤ ਘਬਰਾਟ ਹੈ ਮੇਰੇ ਤੋਂ ਕੁਝ ਨਹੀਂ ਖਾਇਆ ਜਾਏਗਾ ਅਗਰ ਮੈਂ ਖਾਂਗਾ ਤੇ ਵੋਮਿਟਿੰਗ ਹੋ ਜਾਏਗੀ ਤੋ ਕੁਝ ਵੀ ਨਹੀਂ ਖਾਂਦਾ ਸੀ ਤੇ ਕੋਮਲ ਨੇ ਕਿਹਾ ਅੱਛਾ ਠੀਕ ਹੈ ਤੂੰ ਘਬਰਾ ਨਾ ਮੇਰੇ ਕੋਲ ਨਾ ਇੱਕ ਜਾਦੂਈ ਮਾਚਸ ਦੀ ਡੱਬੀ ਹੈ ਠੀਕ ਹੈ ਤੇ ਉਹਨੇ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ ਮੇਰੇ ਘਰ ਸ਼ਾਮੀ ਆਈ ਤੇ ਮੈਂ ਤੈਨੂੰ ਮਾਚਸ ਦੀ ਡੱਬੀ ਦਿਆਂਗੀ ਮਮਾ ਜਾਦੂ ਦੀ ਮਾਚਸ ਦੀ ਡੱਬੀ ਹਾਂਜੀ ਬੇਟਾ ਜਾਦੂ ਦੀ ਮਾਚਸ ਦੀ ਡੱਬੀ ਕੋਮਲ ਨੇ ਉਹਨੂੰ ਕਿਹਾ ਮੇਰੇ ਕੋਲ ਇੱਕ ਐਦਾਂ ਦੀ ਡੱਬੀ ਹੈ ਜਿਹੜੀ ਮੇਰੇ ਦਾਦਾ ਜੀ ਨੇ ਮੇਰੇ ਪਾਪਾ ਨੂੰ ਦਿੱਤੀ ਸੀ ਔਰ ਪਾਪਾ ਨੇ ਮੈਨੂੰ ਦੱਸੀ ਹੈ ਪਟ ਐ ਗਰਲ ਕਿਸੇ ਨੂੰ ਦੱਸਨੀ ਨਹੀਂ ਹੈ ਉਹਨੇ ਕਿਹਾ ਕਿਉਂਕਿ ਤੂੰ ਮੇਰਾ ਬਹੁਤ ਅੱਛਾ ਫਰੈਂਡ ਹੈ ਐਸ ਕਰਕੇ ਮੈਂ ਤੈਨੂੰ ਦੱਸ ਰਹੀ ਆ ਪਰ ਤੂੰ ਆ ਕਿਸੇ ਨੂੰ ਨਾ ਦੱਸੀ ਤੇ ਨਾ ਹੀ ਕਿਸੇ ਨੂੰ ਕਦੀ ਦਿਖਾਈ ਤੂੰ ਸ਼ਾਮੀ ਮੇਰੇ ਘਰ ਆਈ ਤੇ ਮੈਂ ਤੈਨੂੰ ਜਾਦੂ ਦੀ ਡੱਬੀ ਦਿਆਂਗੀ ਫਿਰ ਤੇਰੇ ਐਗਜ਼ਾਮਸ ਬਹੁਤ ਅੱਛੇ ਹੋ ਜਾਣਗੇ ਤੇ ਜੁਗਾਦ ਬਹੁਤ ਖੁਸ਼ ਹੋ ਗਿਆ ਉਹਨੇ ਕਿਹਾ ਹਾਂ ਮੈਂ ਸ਼ਾਮੀ ਪੱਕਾ ਤੇਰੇ ਘਰ ਆਵਾਂਗਾ ਤੇ ਸ਼ਾਮੀ ਉਹ ਜਾਂਦਾ ਕੋਮਲ ਦੇ ਘਰ ਕਮਲ ਉਹਨੂੰ ਲੈ ਕੇ ਜਾਂਦੀ ਆਪਣੇ ਕਮਰੇ 'ਚ ਤੇ ਧੀਰੇ ਜੈ ਇੱਕ ਡੱਬੀ ਕੱਟ ਕੇ ਦੇ ਦਿੰਦੀ ਆ ਉਹਨੂੰ ਕਹਿੰਦੀ ਐ ਇਹਨੂੰ ਆਪਣੇ ਬੈਗ 'ਚ ਰੱਖ ਲੈ ਤੇ ਕਿਸੇ ਨੂੰ ਵੀ ਇਸ ਦੇ ਬਾਰੇ ਨਾ ਦੱਸੀ ਮम्मा ਜਾਦੂ ਦੇ ਮਾਚੇਸ ਦੀ ਡੱਬੀ ਰੱਖ ਕੇ ਉਹਦੀ ਸਾਰੀ ਪਰੇਸ਼ਾਨੀ ਦੂਰ ਹੋ ਜਣੀ ਸੀ ਇਹ ਆਪਾਂ ਦੇਖਦੇ ਆ ਕਹਾਣੀ ਸੁਣੀ ਚੱਲੋ ਧੀਰੇ ਧੀਰੇ ਤੁਹਾਨੂੰ ਪਤਾ ਚੱਲੇਗਾ ਕਿ ਕੀ ਹੋਇਆ ਅੱਗੇ ਠੀਕ ਐ ਸਸਪੈਂਸ ਰਹਿੰਦੀ ਐ ਠੀਕ ਐ ਤੇ ਫੇਰ ਉਹ ਗਿਆ ਉਹਦੇ ਘਰ ਉਹਨੂੰ ਡੱਬੀ ਮਿਲ ਗਈ ਤੇ ਕੋਮਲ ਨੂੰ ਨੂੰ ਸਮਝਾਇਆ ਕਿਸੇ ਨੂੰ ਵੀ ਇਹਦੇ ਬਾਰੇ ਨਾ ਦੱਸੀ ਤਾਂ ਆਪਣੇ ਘਰ ਲੈ ਜਾਏ ਤੇ ਪੱਕਾ ਮੈਨੂੰ ਕੱਲ ਸਕੂਲ ਤੋਂ ਬਾਅਦ ਵਾਪਸ ਕਰ ਦੇ ਕਿਉਂਕਿ ਅਗਰ ਵਾਪਸ ਨਾ ਕੀਤੀ ਔਰ ਮੇਰੇ ਪਾਪਾ ਨੂੰ ਪਤਾ ਚੱਲ ਗਿਆ ਤੇ ਮੈਨੂੰ ਵੀ ਡਾਂਟ ਪੈਗੀ ਇਸ ਕਰਕੇ ਤੋਂ ਮੈਨੂੰ ਕੱਲ ਦੇ ਦੇ ਤੇ ਜੁਗਦ ਨੇ ਪ੍ਰੋਮਿਸ ਕੀਤਾ ਹਾਂ ਮੈਂ ਪੱਕਾ ਦੇ ਦਾਂਗਾ ਤੇ ਜੁਗਦ ਆਪਣੇ ਘਰ ਗਿਆ ਉਹਨੇ ਆਪਣੀ ਪੜਾਈ ਕੀਤੀ ਦੂਜੇ ਦਿਨ ਛੁੱਟੀ ਵੇਲੇ ਉੱਥੇ ਕੋਮਲ ਖੜੀ ਸੀ ਗੇਟ ਤੇ ਉਹ ਦੇ ਖੁੱਲ ਗਿਆ ਤੇ ਉਹਨੇ ਉਹਨੂੰ ਡੱਬੀ ਵਾਪਸ ਕਰ ਦਿੱਤੀ ਤੇ ਕੋਮਲ ਨੇ ਉਹਨੂੰ ਦੇਖਿਆ ਉਹ ਬੜਾ ਖੁਸ਼ ਨਜ਼ਰ ਆ ਰਿਹਾ ਸੀ ਤੇ ਕੋਮਲ ਨੇ ਪੁੱਛਿਆ ਤੇਰਾ ਐਗਜ਼ਾਮ ਕਿਦਾਂ ਹੋਇਆ ਤੇ ਕਹਿੰਦਾ ਐਗਜ਼ਾਮ ਤੇ ਬਹੁਤ ਅੱਛਾ ਹੋ ਗਿਆ ਦੂਜੇ ਦਿਨ ਨਾ ਜੁਗਤ ਗਿਆ ਕੋਮਲ ਕੋਲ ਉਹ ਗੇਟ ਦੇ ਗੇਟ ਦੇ ਕੋਲ ਖੜੀ ਸੀ ਤੇ ਉਹਨੇ ਉਹਨੂੰ ਡੱਬੀ ਵਾਪਸ ਕਰ ਦਿੱਤੀ ਤੇ ਕੋਮਲ ਨੇ ਜੁਗਤ ਨੂੰ ਦੇਖ ਕੇ ਗਿਆ ਕੀ ਗੱਲ ਤੂੰ ਬੜਾ ਖੁਸ਼ ਨਜ਼ਰ ਆ ਰਿਹਾ ਤੇ ਜੁਗਤ ਨੇ ਕਿਹਾ ਹਾਂ ਮੈਂ ਬਹੁਤ ਖੁਸ਼ ਹਾਂ ਕਿਉਂਕਿ ਕੱਲ ਰਾਤ ਮੈਂ ਬੜੀ ਅੱਛੀ ਨੀਂਦ ਨਾਲ ਸੋਇਆ ਮੈਂ ਬੜਾ ਮੈਨੂੰ ਬੜੀ ਅੱਛੀ ਨੀਂਦ ਆਈ ਤੇ ਮੈਂ ਪੇਟ ਭਰ ਕੇ ਰੋਟੀ ਖਾਈ ਬੜੇ ਦਿਨਾਂ ਬਾਅਦ ਤੇ ਕੋਮਲ ਨੇ ਕਿਹਾ ਕਿਦਾਂ ਤੇ ਕਹਿੰਦਾ ਕਿਉਂਕਿ ਇਸ ਜਾਦੂ ਦੀ ਡਿੱਬੀ ਦਾ ਸਾਰਾ ਕਮਾਲ ਹੈ ਇਹਦੇ ਕਰਕੇ ਮੈਨੂੰ ਭੁੱਖ ਵੀ ਲੱਗੀ ਮੈਨੂੰ ਕੋਈ ਟੈਨਸ਼ਨ ਵੀ ਨਹੀਂ ਹੋਈ ਤੇ ਮੈਂ ਆਰਾਮ ਨਾਲ ਸੁੱਤਾ ਥੈਂਕ ਯੂ ਸੋ ਮੱਚ ਉਹ ਕੋਮਲ ਨੂੰ ਕਹਿੰਦਾ ਕਿ ਤੇਰੇ ਕਰਕੇ ਇਹ ਸਭ ਕੁਝ ਹੋਇਆ ਤੂੰ ਮੈਨੂੰ ਇਹ ਜਾਦੂ ਦੀ ਡਿੱਬੀ ਨਾ ਦੇਂਦੀ ਤੇ ਸ਼ਾਇਦ ਇਹ ਸਭ ਕੁਝ ਨਾ ਹੁੰਦਾ ਕੋਮਲ ਨੇ ਕਿਹਾ ਕੋਈ ਨਾ ਆਪਾਂ ਫਰੈਂਡਸ ਇੱਕ ਦੂਜੇ ਦੀ ਮਦਦ ਕਰਨ ਲਈ ਆ ਨਾ ਚਲੋ ਹੁਣ ਆਪਾਂ ਕਲਾਸ ਵਿੱਚ ਚੱਲਦੇ ਆ ਫਿਰ ਦੋਨੋਂ ਕਲਾਸ ਵਿੱਚ ਜਾਂਦੇ ਨੇ ਅੱਛੀ ਤਰ੍ਹਾਂ ਪੜ੍ਹਦੇ ਨੇ ਫਿਰ ਥੋੜੇ ਦਿਨ ਐਦਾਂ ਹੀ ਬੀਤ ਜਾਂਦੇ ਨੇ ਥੋੜੇ ਦਿਨਾਂ ਬਾਅਦ ਕੋਮਲ ਦੇਖਦੀ ਹੈ ਫਿਰ ਜੁਗਤ ਬੜਾ ਪਰੇਸ਼ਾਨ ਹੁੰਦਾ ਹੈ ਤੇ ਉਹ ਜੁਗਤ ਕੋਲ ਜਾਂਦੀ ਹੈ ਪੁੱਛਦੀ ਹੈ ਕੀ ਗੱਲ ਹੋ ਗਈ ਤੂੰ ਫਿਰ ਬੜਾ ਪਰੇਸ਼ਾਨ ਲੱਗ ਰਿਹਾ ਹੈ ਤੂੰ ਜੁਗਤ ਕਹਿੰਦਾ ਮੈਨੂੰ ਬਹੁਤ ਟੈਨਸ਼ਨ ਹੈ ਤੂੰ ਪੁੱਛਦੀ ਹੈ ਕਾਦੀ ਟੈਨਸ਼ਨ ਹੈ ਕਿੰਦਾ ਮੇਰਾ ਮੈਥ ਦਾ ਇਗਜ਼ਾਮ ਹੈ ਕੱਲ ਤੇ ਮੈਥ ਤੋਂ ਮੈਨੂੰ ਬਾਰਡਰ ਲੱਗਦਾ ਤੂੰ ਕੋਮਲ ਕਹਿੰਦੀ ਐ ਸਿਰ ਡਰਨ ਵਾਲੀ ਕਿਹੜੀ ਗੱਲ ਐ ਮੈਥ ਦਾ ਇਗਜ਼ਾਮ ਹੈ ਤੇ ਤੂੰ ਤਿਆਰੀ ਤੇ ਕੀਤੀ ਹੋਈ ਐ ਤੇਰੇ ਤੇ ਨੰਬਰ ਵੀ ਅੱਛੇ ਆਂਦੇ ਨੇ ਫਿਰ ਤੂੰ ਕਿਉਂ ਘਬਰਾ ਰਿਹਾ ਮਮਾ ਜੁਗਾਤ ਮੈਂ ਮੈਥ ਤੋਂ ਡਰਦਾ ਸੀ ਮੈਥ ਤਾਂ ਮੇਰਾ ਫੇਵਰਟ ਸਬਜੈਕਟ ਐ ਦੇਖਣਾ ਮੇਰੇ ਤਾਂ 50 ਚੋਂ 50 ਆਣਗੇ ਵੈਰੀ ਗੁੱਡ ਮੈਨੂੰ ਪਤਾ ਹੈ ਤੇਰਾ ਫੇਵਰੇਟ ਸਬਜੈਕਟ ਹੈ ਔਰ ਤੇਰੇ ਅੱਛੇ ਨੰਬਰ ਆਣਗੇ ਪਰ ਜੁਗਾੜ ਨੰਬਰ ਤੇ ਅੱਛੇ ਲਿਆਂਦਾ ਸੀ ਪਰ ਡਰਦਾ ਬਹੁਤ ਸੀ ਉਹ ਡਰ ਉਹਨੂੰ ਨਾ ਅੱਗੇ ਨਹੀਂ ਵਧਣ ਦਿੰਦਾ ਸੀ ਹੁਣ ਉਹਨੂੰ ਫੇਰ ਤੋਂ ਟੈਨਸ਼ਨ ਹੋ ਗਈ ਕਿ ਮੈਥਸ ਐਗਜ਼ਾਮ ਹੈ ਮੈਂ ਕੀ ਕਰਾਂਗਾ ਕਿੱਦਾਂ ਕਰਾਂਗਾ ਤੇ ਉਹ ਘਬਰਾਇਆ ਪਿਆ ਸੀ ਤੇ ਉਹਨੇ ਕੋਮਲ ਨੂੰ ਕਿਹਾ ਕਿ ਕੋਮਲ ਪਲੀਜ਼ ਮੇਰੀ ਫੇਰ ਤੋਂ ਹੈਲਪ ਕਰ ਦੇ ਮੈਨੂੰ ਬਹੁਤ ਡਰ ਲੱਗ ਰਿਹਾ ਤੂੰ ਕੁਝ ਕਰ ਸਕਦੀ ਹੈ ਤੇ ਕਰ ਦੇ ਤੇ ਕੋਮਲ ਨੇ ਕਿਹਾ ਡਰਨ ਦੀ ਕੋਈ ਗੱਲ ਨਹੀਂ ਐ ਆਪਣੇ ਮੈਥਸ ਵਾਲੇ ਟੀਚਰ ਕਿੰਨੇ ਅੱਛੇ ਨੇ ਉਹਨਾਂ ਨੇ ਕਿਹਾ ਕਿ ਅਗਰ ਐਗਜ਼ਾਮ ਤੋਂ ਪਹਿਲਾਂ ਕੋਈ ਪ੍ਰੋਬਲਮ ਹੋਏਗੀ ਤੇ ਮੇਰੇ ਕੋਲ ਆ ਜਾਓ ਮੈਂ ਹੈਲਪ ਕਰ ਦਾਂਗਾ ਤੈਨੂੰ ਕੋਈ ਪ੍ਰੋਬਲਮ ਐ ਤੂੰ ਉਹਨਾਂ ਕੋਲ ਚਲਾ ਜਾ ਉਹਨਾਂ ਨੇ ਤੇ ਪ੍ਰੋਬਲਮ ਸੋਲਵ ਕਰ ਦੇਣੀ ਐ ਤੇ ਜੁਗਾੜ ਕਰਨ ਲੱਗਾ ਹਾਂ ਉਹ ਤੇ ਠੀਕ ਐ ਬਟ ਐਗਜ਼ਾਮ ਤੇ ਕੱਲ ਐ ਹੁਣ ਤੇ ਟਾਈਮ ਵੀ ਘਟ ਐ ਤੇ ਕੋਮਲ ਨੇ ਕਿਹਾ ਫਿਰ ਜਦੋਂ ਟਾਈਮ ਘਟ ਐ ਫਿਰ ਕਿਉਂ ਟੈਨਸ਼ਨ ਲੈਣੀ ਫਿਰ ਬਸ ਕਰ ਜਾਓ ਚੈਪਟਰਸ ਰਿਵਾਈਜ਼ ਕਰੋ ਆਪਣੇ ਆਪ ਤਿਆਰੀ ਹੋ ਜਾਏਗੀ ਤੂੰ ਡਰ ਨਾ ਤੂੰ ਹੌਸਲਾ ਰੱਖ ਤੇਰਾ ਐਗਜ਼ਾਮ ਅੱਛਾ ਆਏਗਾ ਤੇ ਜੁਗਾਦ ਕਹਿਣ ਲੱਗਾ ਪਲੀਜ਼ ਮੇਰੀ ਹੈਲਪ ਕਰ ਦੇ ਇੱਕ ਰਸਤਾ ਹੈ ਤੈਨੂੰ ਮਨ ਲੱਗਿਆ ਕਿਹੜਾ ਰਸਤਾ ਕੰਦਰ ਪਲੀਜ਼ ਤੂੰ ਇੱਕ ਵਾਰੀ ਮੈਨੂੰ ਫੇਰ ਤੋਂ ਆਪਣੀ ਮਾਰਚਸ ਦੀ ਡੱਬੀ ਜਾਦੂ ਵਾਲੀ ਦੇ ਦੇ ਮੈਂ ਉਹ ਰੱਖਾਂਗਾ ਤੇ ਮੈਨੂੰ ਸਕੂਨ ਦੀ ਨੀਂਦ ਵੀ ਆਏਗੀ ਤੇ ਮੈਨੂੰ ਡਰ ਵੀ ਨਹੀਂ ਲੱਗੇਗਾ ਤੇ ਮੇਰਾ ਐਗਜ਼ਾਮ ਅੱਛਾ ਹੋ ਜਾਏਗਾ ਪਲੀਜ਼ ਤੂੰ ਇੱਕ ਵਾਰੀ ਮੇਰੀ ਹੈਲਪ ਕਰ ਦੇ ਤੇ ਕੋਮਲ ਨੇ ਕਿਹਾ ਅੱਛਾ ਠੀਕ ਹੈ ਤੂੰ ਕਹੇ ਤੇ ਮੈਂ ਕੁੜੀ ਤੇਰੀ ਹੋਰ ਹੈਲਪ ਕਰ ਦੇਣੀ ਆ ਬਟ ਅਖੀਰਲੀ ਵਾਰੀ ਇਸ ਤੋਂ ਬਾਅਦ ਨਾ ਮੰਗੀ ਤੁਮੇਰ ਤੋਂ ਤੂੰ ਜੁਗਾਦ ਨੇ ਕਿਹਾ ਹਾਂ ਪੱਕਾ ਪ੍ਰੋਮਿਸ ਇਸ ਤੋਂ ਬਾਅਦ ਮੈਂ ਕਦੀ ਨਹੀਂ ਮੰਗਾਗਾ ਤੂੰ ਪਲੀਜ਼ ਇੱਕ ਵਾਰੀ ਮੇਰੀ ਹੈਲਪ ਕਰ ਦੇ ਤੇ ਕੋਮਲ ਨੇ ਕਿਹਾ ਠੀਕ ਐ ਤੂੰ ਸ਼ਾਮੀ ਮੇਰੇ ਘਰ ਆ ਜਾਏ ਮੈਂ ਤੈਨੂੰ ਡੱਬੀ ਦੇ ਦਾਂਗੀ ਸ਼ਾਮ ਹੋਈ ਜੁਗਾਦ ਫੇਰ ਉਹਦੇ ਘਰ ਗਿਆ ਉਹਨੇ ਡੱਬੀ ਮੰਗੀ ਤੇ ਕੋਮਲ ਨੇ ਉਹਨੂੰ ਡੱਬੀ ਕੱਟ ਕੇ ਦੇ ਦਿੱਤੀ ਜੁਗਾਦ ਆਪਣੇ ਘਰ ਆਇਆ कोमल ਨੇ ਕਿ ਐ ਨੋਏ ਕਿ ਤੂੰ ਜਾਦੂ ਦੀ ਡੱਬੀ ਲੈ ਕੇ ਪੜੇ ਨਾ ਪੜੀ ਜ਼ਰੂਰ ਉਹਨੂੰ ਯਾਦ ਸੀ ਕੋਮਲ ਦੀ ਗੱਲ ਉਹ ਆਪਣੇ ਘਰ ਗਿਆ ਉਹਨੇ ਚੈਪਟਰਸ ਖੋਲੇ ਮੈਸ ਤੇ ਸਾਰੇ ਚੈਪਟਰਸ ਰਿਵਾਈਜ਼ ਕੀਤੇ ਅੱਛੀ ਤਰ੍ਹਾਂ ਪੜ੍ਹੇ ਔਰ ਪੜ੍ਹ ਕੇ ਉਹ ਸੋ ਗਿਆ ਰੋਟੀ ਰੋਟੀ ਖਾ ਕੇ ਦੂਜੇ ਦਿਨ ਗਏ ਦੋਨੋਂ ਬੱਚੇ ਸਕੂਲ ਉੱਤੇ ਪਹੁੰਚੇ ਉੱਤੇ ਪਹੁੰਚ ਕੇ ਉਹਨੇ ਕੋਮਲ ਨੂੰ ਡੱਬੀ ਵਾਪਸ ਕਰ ਦਿੱਤੀ ਤੇ ਐਗਜ਼ਾਮ ਦੇਣ ਚਲੇ ਗਏ ਐਗਜ਼ਾਮ ਦੇ ਕੇ ਜਦੋਂ ਬਾਹਰ ਆਏ ਤੇ ਕੋਮਲ ਨੇ ਪੁੱਛਿਆ ਤੇਰੇ एग्जाम ਅੱਛਾ ਹੋ ਗਿਆ ਮਾਸਟਰ ਤੂੰ ਜਗਾ ਕੇ ਨਾ ਹਾਂ ਮੇਰੇ ਤਾਂ एग्जाम ਬਹੁਤ ਅੱਛਾ ਹੋਇਆ ਮੈਨੂੰ ਸਾਰੇ ਸਮਝ ਆਂਦੇ ਸੀ ਤੇ ਉਹਨੇ ਕਿਹਾ ਸਾਰਾ ਕੁਛ ਨਾ ਇਹ ਜਾਦੂ ਦੀ ਡੱਬੀ ਕਰਕੇ ਜਾਦੂ ਦੀ ਡੱਬੀ ਤੂੰ ਦਿੱਤੀ ਹੈ ਤਾਂ ਹੀ ਮੈਂ ਕਰ ਪਾਇਆ ਨਹੀਂ ਤੇ ਮੈਨੂੰ ਨਾ ਆਂਦਾ ਐਦਾਂ ਹੀ ਉਹਨਾਂ ਦੇ ਸਾਰੇ एग्जामਸ ਅੱਛੇ ਹੋ ਗਏ ਵਾਓ ਹਮ ਤੇ ਉਹਨੂੰ ਬਹੁਤ ਖੁਸ਼ੀ ਹੋਇਆ ਉਹਨਾਂ ਦੋਨਾਂ ਨੂੰ ਬਾਕੀ ਸਾਰੇ ਫਰੈਂਡਸ ਵੀ ਖੁਸ਼ ਸੀ ਤੁਹਾਨੂੰ ਖੁਸ਼ੀ ਹੁੰਦੀ ਨਾ एग्जामਸ ਖਤਮ ਹੋ ਜਾਂਦੇ ਤੇ ਉਦਾਂ ਹੀ ਉਹ ਬੱਚੇ ਵੀ ਬੜੇ ਐਕਸਾਈਟਿਡ ਸੀ ਫਿਰ ਬਸ ਉਹਨਾਂ ਦਾ ਰਿਜ਼ਲਟ ਆਣ ਦੀ 대ਰ ਸੀ ਤੇ ਰਿਜ਼ਲਟ ਤੋਂ ਪਹਿਲਾਂ 3 ਦਿਨ ਦੀਆਂ ਛੁੱਟੀਆਂ ਹੋ ਗਈਆਂ ਉਹਨਾਂ ਦੀ ਤੇ ਛੁੱਟੀ ਤੋਂ ਪਹਿਲਾਂ ਜੁਗਤ ਫੇਰ ਕੋਮਲ ਕੋਲ ਗਿਆ ਤੇ ਕੋਮਲ ਨੂੰ ਕਹਿੰਦਾ ਕੋਮਲ ਮੈਂ ਇੱਕ ਗੱਲ ਕਹਿਣੀ ਹੈ ਕਹਿੰਦੀ ਕੀ ਗੱਲ ਹੈ ਕਹਿੰਦਾ ਯਾਰ ਪਲੀਜ਼ ਮੇਰੀ ਗੱਲ ਮੰਨੇਗੀ ਕਹਿੰਦੀ ਕੀ ਮੰਨੀ ਹੈ ਕਹਿੰਦਾ ਪਲੀਜ਼ ਮੈਨੂੰ ਮਾਚਸ ਜੋ ਜਾਦੂ ਵਾਲੀ ਮਾਚਸ ਦੀ ਡੱਬੀ ਫੇਰ ਦੇ ਦੇ ਕਹਿੰਦੀ ਹੁਣ ਕਿਉਂ ਹੁਣ ਤਾਂ ਐਗਜ਼ਾਮਸ ਵੀ ਖਤਮ ਹੋ ਗਏ ਹੁਣ ਤੂੰ ਕੀ ਕਰਨੀ ਹੈ ਡੱਬੀ ਕਹਿੰਦਾ ਯਾਰ ਇਗਜ਼ਾਮਸ ਤੋਂ ਬਾਅਦ ਰਿਜ਼ਲਟ ਆਣਾ ਹੈ ਨਾ ਮੈਨੂੰ ਰਿਜ਼ਲਟ ਦੀ ਬਹੁਤ ਟੈਨਸ਼ਨ ਹੁੰਦੀ ਹੈ ਮੈਨੂੰ ਬਹੁਤ ਘਬਰਾਟ ਹੁੰਦੀ ਹੈ ਅਗਰ ਇਹ ਡੱਬੀ ਮੇਰੇ ਕੋਲ ਹੋਏਗੀ ਤੇ ਮੈਨੂੰ ਘਬਰਾਟ ਨਹੀਂ ਹੋਏਗੀ ਪਲੀਜ਼ ਬਸ ਇੱਕ ਵਾਰ ਇੱਕ ਵਾਰੀ ਹੋਰ ਦੇ ਦੇ ਮੈਨੂੰ ਉਹ ਡੱਬੀ ਆਈ ਵਿ ਬੀ ਵੈਰੀ ਥੈਂਕਫੁਲ ਪਲੀਜ਼ ਦੇ ਦੇ ਤੇ ਕੋਮਲ ਨੇ ਕਿ ਅੱਛਾ ਠੀਕ ਹੈ ਹਸਨਾ ਸ਼ੁਰੂ ਹੋ ਗਈ ਉਹ ਕਹਿੰਦੀ ਤੂੰ ਨਹੀਂ ਸੁਧਰੇਗਾ ਫਿਰ ਉਹ ਆਪਣੇ ਘਰ ਲੈ ਗਈ ਉਹਨੂੰ ਤੇ ਉਹਨੂੰ ਡੱਬੀ ਦੇ ਦਿੱਤੀ ਫਿਰ ਦਿਨ ਦਿਨ ਬਾਅਦ ਜਦੋਂ ਛੁੱਟੀਆਂ ਖਤਮ ਹੋਈਆਂ ਤੇ ਫੇਰੇ ਲੁਕ ਸਕੂਲੇ ਇੱਕ ਦੂਜੇ ਨੂੰ ਮਿਲੇ ਤੇ ਐਨੇ ਜੁਗਾਦ ਨੇ ਕੋਮਲ ਨੂੰ ਡੱਬੀ ਦੇ ਦਿੱਤੀ ਕਿ ਅੰਦਰ ਥੈਂਕ ਯੂ ਕੋਮਲ ਤੇਰੀ ਡੱਬੀ ਮੇਰੇ ਕੋਲ ਸੀ ਤੇ ਮੈਂ ਤਿੰਨ ਦਿਨ ਆਰਾਮ ਨਾਲ ਬੀਤ ਗਏ ਮੇਰੇ ਮੈਨੂੰ ਘਬਰਾਹਟ ਨਹੀਂ ਹੋਈ ਮੈਂ ਸੋ ਵੀ ਸਕਿਆ ਮੈਂ ਖਾ ਵੀ ਸਕਿਆ ਤੇ ਕੋਮਲ ਨੇ ਕਿਹਾ ਹਾਂ ਚਲ ਠੀਕ ਹੈ ਉਹਨਾਂ ਆਪਾਂ ਫਟਾਫਟ ਅੰਦਰ ਚਲਦੇ ਆ ਰਿਜ਼ਲਟਸ ਅਨਾਉਂਸ ਹੋਣ ਵਾਲੇ ਨੇ ਆਪਾਂ ਸੁਣਦੇ ਆ ਕਿ ਰਿਜ਼ਲਟ ਕੀ ਹੋਇਆ ਦੋਨੋਂ ਅੰਦਰ ਜਾਂਦੇ ਨੇ ਤੇ ਅੰਦਰ ਜਦੋਂ ਰਿਜ਼ਲਟ ਅਨਾਉਂਸ ਹੁੰਦਾ ਤੇ ਦੋਨਾਂ ਦਾ ਨਾਮ ਆਂਦਾ ਤੇ ਦੋਨੋਂ ਹੈਰਾਨ ਹੋ ਜਾਂਦੇ ਨੇ ਤੇ ਕੁਮਲ ਜੁਗਾਦ ਨੂੰ ਕਹਿੰਦੀ ਦੇਖ ਲੈ ਤੂੰ ਆਪਣਾ ਨਾਮ ਸੁਣਿਆ ਤੇਰਾ ਨਾਮ ਟਾਪ 10 'ਚ ਆਇਆ ਜੁਗਾਦ ਹੈਰਾਨ ਰਹਿ ਜਾਂਦਾ ਉਹਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਮੇਰਾ ਨਾਮ ਅਨਾਉਂਸ ਹੋਇਆ ਕਿੰਦਾ ਮੇਰਾ ਕਹਿੰਦੀ ਹਾਂ ਬਿਲਕੁਲ ਤੇਰਾ ਨਾਮ ਅਨਾਉਂਸ ਹੋਇਆ ਟਾਪ 10 'ਚ ਤੇ ਜੁਗਾਦ ਕਹਿੰਦਾ ਥੈਂਕ ਯੂ ਸੋ ਮਚ ਕੁਮਲ ਇਹ ਸਭ ਕੁਝ ਤੇਰੀ ਵਜ੍ਹਾ ਕਰਕੇ ਹੋਇਆ ਹੈ। ਮੰਮਾ ਐ ਤਾਂ ਬਹੁਤ ਅੱਛੀ ਗੱਲ ਹੋਈ ਨਾ। ਹੂੰ ਬਹੁਤ ਖੁਸ਼ ਹੋਏ ਦੋਨਾਂ ਨੂੰ ਕਿ ਆਪਾਂ ਇੰਨਾ ਅੱਛਾ ਰਿਜ਼ਲਟ ਲੈ ਕੇ ਹੈ ਨਾ ਬੇਟਾ। ਤੁਹਾਡਾ ਰਿਜ਼ਲਟ ਅੱਛਾ ਆਂਦਾ ਤੁਹਾਨੂੰ ਖੁਸ਼ੀ ਹੁੰਦੀ ਹੈ ਨਾ। ਉਦਾਂ ਹੀ ਉਹਨਾਂ ਦੋਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਤੇ ਜੁਗਾਦ ਨੇ ਕੋਮਲ ਨੂੰ ਕਿਹਾ ਇਹ ਸਭ ਕੁਝ ਸਿਰਫ ਤੇਰੀ ਵਜ੍ਹਾ ਕਰਕੇ ਹੋਇਆ। ਤੂੰ ਨਾ ਮੈਨੂੰ ਇਹ ਡੱਬੀ ਦੇਂਦੀ ਤੇ ਸ਼ਾਇਦ ਮੇਰਾ ਨਾਂ ਵੀ ਨਾ ਅਨਾਉਂਸ ਹੁੰਦਾ। ਨਾ ਮੇਰਾ ਰਿਜ਼ਲਟ ਅੱਛਾ ਆਂਦਾ। ਤੇ ਕੋਮਲ ਨੇ ਕਿਹਾ ਕਿ ਨਾ ਤੂੰ ਬਿਲਕੁਲ ਨਾ ਸਮਝ ਜੈ ਇਹ ਜਾਦੂਈ ਡੱਬੇ ਬਿਲਕੁਲ ਵੀ ਨਹੀਂ ਹੈ ਐਸੇ ਚ ਕੋਈ ਜਾਦੂ-ਵਾਦੂ ਨਹੀਂ ਹੈ ਤੇ ਪਤਾ ਹੈ ਕੋਮਲ ਨੇ ਫਿਰ ਕੀ ਕੀਤਾ ਮੰਮਾ ਕੀ ਕੀਤਾ ਉਹਨੇ ਨਾ ਉਹਨਾਂ ਸਾਰਿਆਂ ਦੇ ਸਾਹਮਣੇ ਆਪਣੇ ਬੈਗ ਚੋਂ ਉਹ ਡੱਬੀ ਕੱਢੀ ਤੇ ਉਹਦੇ ਸਾਹਮਣੇ ਉਹਦੇ ਟੁਕੜੇ-ਟੁਕੜੇ ਕਰਕੇ ਸੁੱਟ ਦਿੱਤਾ ਮਾਚਿਸ ਦੀ ਡੱਬੀ ਨੂੰ ਫਾੜ ਦਿੱਤਾ ਹੂੰ ਉਹਦੀ ਜਾਦੂ ਦੀ ਮਾਚਸ ਦੀ ਡੱਬੀ ਸੀ ਨਾ ਉਨੇ ਉਹਨੂੰ ਉਦੇ ਸਾਹਮਣੇ ਜੁਗਤ ਦੇ ਸਾਹਮਣੇ ਹੀ ਤੋੜ ਕੇ ਸੁੱਟ ਦਿੱਤਾ ਤੇ ਜਿੱਦਾਂ ਤੂੰ ਹੈਰਾਨ ਹੋਇਆ ਨਾ ਉਦਾਂ ਹੀ ਜੁਗਤ ਵੀ ਹੈਰਾਨ ਹੋ ਗਿਆ ਕਿ ਇਹ ਕੀ ਕੀਤਾ ਇਹ ਤੇ ਇਨ ਕੀਮਤੀ ਡੱਬੀ ਸੀ ਜਾਦੂ ਦੀ ਡੱਬੀ ਸੀ ਉਹਦੇ ਦਾਦਾ ਜੀ ਨੇ ਉਹਦੇ ਪਾਪਾ ਨੂੰ ਦਿੱਤੀ ਸੀ ਤੇ ਪਾਪਾ ਨੇ ਇਹਨੂੰ ਦਿੱਤੀ ਸੀ ਇਹਨੂੰ ਕਿਉਂ ਸੁੱਟ ਦਿੱਤਾ ਉਹ ਹੈਰਾਨ ਹੋ ਗਿਆ ਤੇ ਉਹਨੇ ਕੋਮਲ ਨੂੰ ਪੁੱਛਿਆ ਤੂੰ ਇਹ ਕੀ ਕੀਤਾ ਹੁਣ ਕਿੱਥੋਂ ਆਣੀ ਜਾਦੂ ਦੀ ਡੱਬੀ ਤੇ ਕੋਮਲ ਨੇ ਉਹਨੂੰ ਸਮਝਾਇਆ ਕੀ ਜਾਦੂ ਡੱਬੀ ਵਿੱਚ ਨਹੀਂ ਜਾਦੂ ਤੇਰੇ ਵਿੱਚ ਹੀ ਹੈ ਤੂੰ ਮਿਹਨਤ ਕੀਤੀ ਤਾਂ ਹੀ ਤੂੰ ਅੱਛੇ ਨੰਬਰ ਲਿਆ ਸਕਿਆ ਅਗਰ ਤੂੰ ਮਿਹਨਤ ਨਾ ਕਰਦਾ ਤੇ ਨੰਬਰ ਕਿੱਥੋਂ ਆਣੇ ਸੀ ਇਹ ਕੋਈ ਜਾਦੂ ਦੀ ਡੱਬੀ ਨਹੀਂ ਹੈ ਇਹ ਤੇ ਸਧਾਰਨ ਜੀ ਮਾਚਸ ਦੀ ਡੱਬੀ ਹੈ ਇਹਦੇ ਵਿੱਚ ਕੋਈ ਜਾਦੂ ਨਹੀਂ ਹੈ ਜਾਦੂ ਸਭ ਤੇਰੇ ਅੰਦਰ ਸੀ ਪਰ ਤੂੰ ਆਪਣੇ ਡਰ ਕਰਕੇ ਉਹਨੂੰ ਕੱਢ ਨਹੀਂ ਪਾਰਿਆ ਸੀ ਇਹ ਸਿਰਫ ਰਿਜ਼ਲਟ ਜੋ ਆਇਆ ਹੈ ਨਾ ਇਹ ਤੇਰੀ ਮਿਹਨਤ ਦਾ ਰਿਜ਼ਲਟ ਹੈ ਇੱਕ ਕਿਸੇ ਜਾਦੂ ਦਾ ਰਿਜ਼ਲਟ ਨਹੀਂ ਹੈ ਤੂੰ ਆਪਣੇ ਤੇ ਵਿਸ਼ਵਾਸ ਰੱਖੇਗਾ ਮਿਹਨਤ ਕਰੇਗਾ ਤੇ ਕਿਉਂ ਨਹੀਂ ਅੱچھے ਨੰਬਰ ਆਣਗੇ ਜਾਦੂ ਆਦੂ ਕੁਝ ਨਹੀਂ ਹੁੰਦਾ ਸਿਰਫ ਆਪਣੀ ਮਿਹਨਤ ਹੈ ਔਰ ਇਮਾਨਦਾਰੀ ਹੈ ਜਿੱਦੇ ਕਰਕੇ ਤੇਰੇ ਨੰਬਰ ਅੱਛੇ ਆਇਨੇ ਤੇ ਅੱਜ ਤੂੰ ਟੌਪ 10 ਵਿੱਚ ਐਸ ਕਰਕੇ ਮੈਨੂੰ ਪ੍ਰੋਮਿਸ ਕਰ ਕਿ ਅੱਜ ਤੋਂ ਬਾਅਦ ਤੂੰ ਘੁਬਰਾਏਗਾ ਨਹੀਂ ਤੇ ਜੁਗਤ ਖੁਸ਼ ਹੋ ਗਿਆ ਉਹਨੂੰ ਬਹੁਤ ਅੱਛਾ ਲੱਗਿਆ ਉਹਨੇ ਕੋਮਲ ਨੂੰ ਕਿਹਾ ਥੈਂਕ ਯੂ ਕੋਮਲ ਅੱਜ ਤੂੰ ਮੇਰੀ ਅੱਖਾਂ ਖੋਲ ਦਿੱਤੀਆਂ ਮੈਂ ਐਵੇਂ ਹੀ ਡਰਦਾ ਰਹਿੰਦਾ ਸੀ ਇੰਨੇ ਸਾਲ ਮੈਂ ਡਰ ਡਰ ਕੇ ਨਿਕਾਲ ਦਿੱਤੇ ਅਗਰ ਤੂੰ ਨਾ ਹੁੰਦੀ ਤੇ ਮੈਨੂੰ ਸਮਝ ਹੀ ਨਾ ਆਂਦਾ ਕਿ ਮੇਰੇ ਅੰਦਰ ਦਾ ਟੈਲੈਂਟ ਮੈਂ ਆਪਣੇ ਡਰ ਕਰਕੇ ਦਬਾਇਆ ਹੋਇਆ ਸੀ ਥੈਂਕ ਯੂ ਤੂੰ ਆਈ ਤੂੰ ਮੈਨੂੰ ਰਸਤਾ ਦਿਖਾਇਆ ਮੈਨੂੰ ਸਮਝਾਇਆ ਔਰ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਅੱਜ ਤੋਂ ਬਾਅਦ ਮੈਂ ਬਿਲਕੁਲ ਵੀ ਨਿਕ ਭਰਾਂਗਾ ਤੇ ਆਪਣੇ ਤੇ ਵਿਸ਼ਵਾਸ ਰੱਖ ਕੇ ਖੂਬ ਮਿਹਨਤ ਕਰਕੇ ਅੱਛੇ ਨੰਬਰ ਲੈ ਕੇ ਆਂਗਾ ਠੀਕ ਹੈ ਸਹਿਜ ਫਿਰ ਹੁਣ ਤੈਨੂੰ ਸਮਝ ਆ ਗਿਆ कि ਸਾਨੂੰ ਡਰਨਾ ਨਹੀਂ ਚਾਹੀਦਾ ਤੇ ਆਪਣੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਠੀਕ ਹੈ ਹੁਣ ਡਰेंगी ਤੇ ਨਹੀਂ ਐਗਜ਼ਾਮਸ ਤੋਂ ਨਹੀਂ ਮੰਮਾ ਅੱਛੇ ਨੰਬਰ ਲੈ ਕੇ ਆਏਂਗੀ ਨਾ ਗੁੱਡ ਗਰਲ ਤੇ ਬੱਚੋ ਫਿਰ ਸਾਨੂੰ ਸਮਝ ਆ ਗਈ ਕਿ ਹੁਣ ਡਰਨਾ ਨਹੀਂ ਚਾਹੀਦਾ ਕਿਉਂਕਿ ਲਾਈਫ ਵਿੱਚ ਕਈ ਵਾਰੀ ਐਦਾਂ ਹੁੰਦਾ ਹੈ ਕਿ ਸਾਡੇ ਅੰਦਰ ਕਾਬਿਲਤ ਹੁੰਦੀ ਹੈ ਪਰ ਆਪਾਂ ਡਰ ਕੇ ਘਬਰਾ ਕੇ ਉਸ ਕਾਬਿਲਤ ਨੂੰ ਹਮੇਸ਼ਾ ਦਬਾ ਲੈਂਦੇ ਆ ਕਿਉਂਕਿ ਆਪਾਂ ਹਮੇਸ਼ਾ ਡਰਦੇ ਰਹਿੰਦੇ ਆ ਤੇ ਡਰਨਾ ਨਹੀਂ ਚਾਹੀਦਾ ਉਸ ਰੱਬ ਤੇ ਭਰੋਸਾ ਕਰਨਾ ਚਾਹੀਦਾ ਆਪਣੀ ਮਿਹਨਤ ਤੇ ਭਰੋਸਾ ਕਰਨਾ ਚਾਹੀਦਾ ਤੇ ਸਾਨੂੰ ਜ਼ਰੂਰ ਉਹ ਮੁਕਾਮ ਹਾਸਲ ਹੋਏਗਾ ਜੋ ਅਸੀਂ ਚਾਹਨੇ